ਅੱਜ ਦਿਨ ਭਰ ਦੇ ਵਿੱਚ ਇੱਕ ਉਮੀਦਵਾਰ ਕਿਸ ਤਰੀਕੇ ਨਾਲ ਕੰਮ ਕਰਦਾ ਔਰ ਕੀ ਕੁਛ ਹੁੰਦਾ ਸਾਰੇ ਦਿਨ ਦੇ ਵਿੱਚ, ਗੁਰਪ੍ਰੀਤ ਸਿੰਘ ਜੀਪੀ ਹੋਰਾਂ ਦੇ ਨਾਲ ਅਸੀਂ ਰਹਾਂਗੇ। ਜਿਹੜੀ ਸਕੂਲ ਸਿੱਖਿਆ ਸਾਡੀ ਪੰਜਾਬ ਦੀ ਐਜੂਕੇਸ਼ਨ ਹੈ ਅਤੇ ਉਹਦੇ ਨਾਲ ਜਿਹੜਾ ਪੰਜਾਬ ਦਾ ਜਿਹੜੀ ਗਰੋਅ ਕਰ ਰਹੀ ਹੈ, ਸਾਡੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਮਿਲ ਰਹੀ ਹੈ ਤਾਂ ਕਿ ਬੱਚੇ ਆਉਣ ਵਾਲੇ ਟਾਈਮ ਚੰਗੀ ਐਜੂਕੇਸ਼ਨ ਲੈ ਕੇ ਆਪਦੇ ਮਾਂ ਬਾਪ ਦਾ ਨਾਂ ਰੋਸ਼ਨ ਕਰਨ। ਇਹ 98ਵਾਂ ਪਿੰਡ ਆ ਜਿੱਥੇ ਮੀਟਿੰਗ ਹੋ ਰਹੀ ਹੈ, ਸਾਰੇ ਪਿੰਡਾਂ 'ਚ ਮੀਟਿੰਗਾਂ ਹੋ ਗਈਆਂ ਅਤੇ ਇੰਨਾ ਕੁ ਚੰਗਾ ਹੁੰਗਾਰਾ ਹੈ ਸਾਡੇ ਪਿੰਡਾਂ ਦੇ ਵਿੱਚ। 2022 ਦੀਆਂ ਚੋਣਾਂ ਦੇ ਵਿੱਚ ਜਿਹੋ ਜਿਹਾ ਹੁੰਗਾਰਾ ਮੈਨੂੰ ਸੀ, ਉਦੋਂ ਵੀ ਵੱਧ ਕੇ ਹੁੰਗਾਰਾ ਮਿਲ ਰਿਹਾ। ਤਾਂ ਅੱਜ ਦਾ ਇਹ ਚੋਣ ਪ੍ਰਚਾਰ ਜਿਹੜਾ ਗੁਰਪ੍ਰੀਤ ਸਿੰਘ ਜੀਪੀ ਹੋਣਾ ਦੇ ਕਾਫਲੇ ਦੇ ਬਿਲਕੁਲ ਅਸੀਂ ਨਾਲ ਆ ਔਰ ਪਲ ਪਲ ਤੁਹਾਨੂੰ ਦਿਖਾਉਂਦੇ ਰਹਾਂਗੇ ਕਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਜਾਂਦੇ ਨੇ। ਜੇਕਰ ਬਾਜੀ ਵੱਜਦੀ ਹੈ ਤਾਂ ਫਿਰ ਪਹਿਲ ਦੇ ਆਧਾਰ ਤੇ ਤੁਸੀਂ ਕੀ ਕੰਮ ਜਿਹੜੇ ਕਰਕੇ ਦਿਓਗੇ? ਵੀ ਇੱਕ ਮੈਡੀਕਲ ਕਾਲਜ ਲੈ ਕੇ ਆਈਏ ਤਾਂ ਕਿ ਸਾਡੇ ਜਿਹੜੇ ਪੇਸ਼ੈਂਟ ਹੈ, ਅੱਜ ਪੀ ਜੀ ਆਈ ਜਾਂਦੇ ਜਾਂ ਕੋਈ 32 ਹੋਸਪਿਟਲ ਜਾਂਦੇ ਆ, ਇੱਕ ਚੰਗਾ ਹੋਸਪਿਟਲ ਇੱਥੇ ਬਣੇ ਸੈਂਟਰ ਪਲੇਸ 'ਤੇ। ਪ੍ਰਾਈਮ ਏਸ਼ੀਆ ਟੀ ਵੀ ਤੁਸੀਂ ਦੇਖ ਰਹੇ ਹੋ ਅਤੇ ਮੈਂ ਪਰਮ ਸਿੰਘ। ਇਸ ਵਕਤ ਸਿਆਸਤ ਦਾ ਅਖਾੜਾ ਪੂਰਾ ਸਰਗਰਮ ਹੈ ਔਰ ਲੋਕ ਸਭਾ ਚੋਣਾਂ ਬਿਲਕੁਲ ਸਿਖਰ 'ਤੇ ਨੇ। ਹਰ ਉਮੀਦਵਾਰ ਪੂਰੀ ਜਦੋਜਹਿਦ ਕਰ ਰਿਹਾ, ਚੋਣ ਪ੍ਰਚਾਰ ਹਰ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ। ਮੈਦਾਨ ਦੇ ਵਿੱਚ ਕੌਣ ਨਿੱਤਰ ਕੇ ਆਏਗਾ ਆਉਣ ਵਾਲਾ ਸਮਾਂ ਤੈਅ ਕਰੇਗਾ, ਲੇਕਿਨ ਹਰ ਉਮੀਦਵਾਰ ਆਪਣੀ ਮਿਹਨਤ ਜਿਹੜੀ ਆ ਜ਼ੋਰਾਂ ਸ਼ੋਰਾਂ ਦੇ ਨਾਲ ਕਰ ਰਿਹਾ। ਅੱਜ ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਜੀ ਸਾਡੇ ਨਾਲ ਮੌਜੂਦ ਨੇ। ਦਿਨ ਦੀ ਸ਼ੁਰੂਆਤ ਜਿਹੜੀ ਆ ਹੋਣ ਜਾ ਰਹੀ ਹੈ ਔਰ ਕਿੱਥੇ ਕਿੱਥੇ ਕਿਸ ਤਰੀਕੇ ਦੇ ਨਾਲ ਅੱਜ ਜਿਹੜਾ ਹੈ ਲੋਕਾਂ ਦੇ ਵਿੱਚ ਵਿਚਰਨਾ ਹੈ, ਚੋਣ ਪ੍ਰਚਾਰ ਕੀਤਾ ਜਾਵੇਗਾ, ਗੱਲਬਾਤ ਕਰਾਂਗੇ ਜੀਪੀ ਸਾਹਿਬ ਨਾਲ। ਜੀਪੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਤੁਹਾਡੇ ਚੈਨਲ ਦਾ। ਹੋਰ ਜੀ ਠੀਕ ਠਾਕ, ਚੜ੍ਹਦੀ ਕਲਾ? ਹਾਂਜੀ, ਬਹੁਤ ਵਧੀਆ, ਬਹੁਤ ਵਧੀਆ। ਚੋਣ ਪ੍ਰਚਾਰ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਅਤੇ ਕਿੰਨਾ ਕੁ ਜ਼ੋਰ ਲੱਗ ਰਿਹਾ? ਚੋਣ ਜਿਹੜਾ ਪ੍ਰਚਾਰ ਹੈ ਉਹ ਤਾਂ ਬਹੁਤ ਜ਼ੋਰਦਾਰ ਚੱਲ ਰਿਹਾ ਅਤੇ ਅੱਜ ਮਲੋਹ ਦੇ ਪਿੰਡਾਂ 'ਚ ਦੌਰਾ ਹੈ ਅਤੇ ਬਾਕੀ ਫਿਰ ਸਾਡੇ ਅੱਜ ਸੀ ਐੱਮ ਸਾਹਿਬ ਵੀ ਆ ਰਹੇ ਰਾਏਕੋਟ, ਫਿਰ ਇੱਕ ਸਾਹਮਣੇ ਵਾਲਾ ਫੰਕਸ਼ਨ ਹੈ ਅਤੇ ਘੱਟੋ ਘੱਟ ਮੈਂ 600 ਤੋਂ ਉੱਪਰ ਫੰਕਸ਼ਨ ਅਟੈਂਡ ਕਰ ਚੁੱਕਾ ਅਤੇ ਬਹੁਤ ਵਧੀਆ ਰਿਸਪੋਂਸ ਹੈ। ਸ਼ਾਇਦ ਪੰਜਾਬ ਸਭ ਤੋਂ ਵੱਧ ਫੰਕਸ਼ਨ ਮੈਂ ਹੀ ਕੀਤੇ ਆ ਜਿਹਦੀ ਜਗ੍ਹਾ ਮੈਂ ਬੋਲਿਆ ਅਤੇ ਹਰ ਪਾਸੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਗੱਲ, ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੀਰੋ ਬਿੱਲ ਦੀ ਗੱਲ ਕੀਤੀ ਆ, ਜਾਂ ਜਿਹੜੇ ਸਾਡੇ ਕਿਸਾਨ ਆ ਜਿਹਨੂੰ ਪਾਣੀ ਨਹੀਂ ਸੀ ਮਿਲਦਾ ਉਹਨੂੰ ਪਾਣੀ ਪਹੁੰਚਾਇਆ, ਜਿਵੇਂ ਬਿਜਲੀ ਕਿਸਾਨਾਂ ਨੂੰ, ਉਹ ਪਹਿਲੀ ਵਾਰੀ 75 ਸਾਲ 'ਚ ਇਹ ਪਹਿਲੀ ਵਾਰੀ ਹੋਇਆ ਜਿੰਨੀ ਬਿਜਲੀ ਐਤਕੀ ਕਿਸਾਨਾਂ ਨੂੰ ਮਿਲੀ ਹੈ ਤਾਂ ਕਿ ਜਦੋਂ ਮਰਜ਼ੀ ਖੇਤਾਂ ਜਾ ਕੇ ਆਪਦਾ ਪਾਣੀ ਲਾ ਸਕਦਾ। ਜੀਪੀ ਸਾਹਿਬ, ਇਸ ਵਾਰ ਮੁਕਾਬਲਾ ਜਿਹੜਾ ਆ ਉਹ ਬੜਾ ਸਖਤ ਆ ਅਤੇ ਤੁਸੀਂ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ, ਕਿਹੜੀ ਪਾਰਟੀ ਨਾਲ? ਮੁਕਾਬਲਾ ਤਾਂ ਉਹਨਾਂ ਦਾ ਆਪਸ ਸਖਤ ਹੈ ਜਿਹੜੇ ਅਕਾਲੀ ਦਲ ਅਤੇ ਕਾਂਗਰਸ ਵਾਲੇ ਆ ਅਤੇ ਸਾਈ ਤਾਂ ਬਹੁਤ ਜ਼ਿਆਦਾ ਅੱਗੇ ਹੈ। ਸਾਡਾ ਘੱਟੋ ਘੱਟ ਜਿਵੇਂ 92 'ਚ 50% ਦੀ ਵੋਟ, ਜਿੰਨੀ ਵੋਟ ਪੋਲ ਹੋਈ ਹੈ 50% ਵੋਟ ਪੋਲ ਹੋਈ ਸੀ ਅਤੇ 50% ਜਿਹੜੀ ਪਈ ਸੀ ਆਮ ਆਦਮੀ ਪਾਰਟੀ ਨੂੰ ਉਹ ਪਊਗੀ, ਕਿਉਂਕਿ ਦੋਨਾਂ ਨੂੰ ਬਾਕੀ ਉਹਨਾਂ ਨੂੰ ਵੰਡੀ ਜਾਊਗੀ ਦੋਨੋਂ ਪਾਰਟੀਆਂ 'ਚ। ਕਿਉਂਕਿ ਲੋਕ ਅੱਜ ਹੱਥ ਖੜ੍ਹਾ ਕਰਕੇ ਕਹਿ ਰਹੇ ਨੇ
ਵੀ ਇਹਦੀ ਮੁੱਖ ਮੰਤਰੀ ਨਾਲ ਹੈ ਭਗਵੰਤ ਮਾਨ ਨਾਲ, ਅਤੇ ਬਹੁਤ ਵੱਡੀ ਗੱਲ ਹੈ। 2 ਸਾਲ ਦੇ ਵਿੱਚ ਜੋ ਸਾਡੇ ਐਜੂਕੇਸ਼ਨ ਦੇ ਕੰਮ ਕੀਤਾ, ਜੋ ਹੈਲਥ 'ਤੇ ਕੀਤਾ, ਜਿਹੜੀ ਨੌਕਰੀਆਂ 43,000 ਦੇ ਕਰੀਬ ਨੌਕਰੀਆਂ ਦਿੱਤੀਆਂ ਨੇ, ਅਤੇ ਉਹਦੇ ਨਾਲ ਬਹੁਤ ਵੱਡਾ ਹੁੰਗਾਰਾ ਪੂਰੇ ਪੰਜਾਬ ਵਾਸੀ ਦੇ ਰਹੇ ਨੇ। ਅੱਛਾ ਜੀ ਪੀ ਸਾਹਿਬ, ਇਹ ਲੱਗਦਾ ਜਦੋਂ CM ਸਾਹਿਬ ਕਿਸੇ ਵੀ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਜਾਂਦੇ ਨੇ, ਜਿੱਦਾਂ ਬੀਤੇ ਦਿਨਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਅੰਮ੍ਰਿਤਸਰ ਵਿਖੇ ਪਹੁੰਚੇ ਚੋਣ ਪ੍ਰਚਾਰ ਕਰਨ ਦੇ ਲਈ, ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਵੀ ਜਦੋਂ ਸਮਰਾਲੇ ਦੇ ਵਿੱਚ ਚੋਣ ਪ੍ਰਚਾਰ ਹੋਇਆ ਉਦੋਂ ਵੀ ਤੁਹਾਡੇ ਹੱਕ ਦੇ ਵਿੱਚ ਰੋਡ ਸ਼ੋਅ ਕੀਤਾ ਗਿਆ, ਅੱਜ ਵੀ, ਅਤੇ ਇਸ ਚੀਜ਼ ਦਾ ਕਿੰਨਾ ਕੁ ਫਰਕ ਪੈਂਦਾ ਜਦੋਂ CM ਸਾਹਿਬ ਇੱਕ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਆਉਂਦੇ ਨੇ? ਬਹੁਤ ਵੱਡਾ ਫਰਕ ਪੈਂਦਾ, ਜਿਹਦੀ ਪਾਪੂਲੈਰਿਟੀ ਹੈ, ਜਿਹਨੂੰ ਲੋਕ ਪਸੰਦ ਕਰਦੇ ਹੈ, ਜਦੋਂ ਲੋਕ ਉਹਨਾਂ ਨੂੰ ਮਿਲਦੇ ਹੈ, ਦੇਖਦੇ ਹੈ, ਉਹਨਾਂ ਦਾ ਭਾਸ਼ਣ ਸੁਣਦੇ ਹੈ, ਤਾਂ ਉਹਦੇ ਨਾਲ ਇੱਕ ਅੱਡ ਮੂਮੈਂਟ ਪੈਦਾ ਹੋ ਜਾਂਦੀ ਹੈ ਪੂਰੇ ਹਲਕੇ 'ਚ, ਅਤੇ ਲੋਕ ਜਿੱਥੇ ਮਤਲਬ ਜਿਹਦੇ ਪਿੰਡ 'ਚ ਮੈਂ ਵੀ ਨਹੀਂ ਗਿਆ, ਜਾਂ ਸਾਡੇ ਦੂਜੇ ਆਪਣੇ ਚੀਫ ਮਿਨਿਸਟਰ ਸਾਹਿਬ ਵੀ ਨਹੀਂ ਗਏ, ਪਰ ਉਹਦਾ ਕਹਿੰਦੇ ਉਹ ਜਦੋਂ ਜਾਂਦੇ ਆ ਕਿ ਰਾਏਕੁੰਡ ਹਲਕੇ ਚਲੇ ਗਏ, ਲੋਕਾਂ ਨੇ ਇੱਕ ਮੈਸੇਜ ਚਲੇ ਜਾਂਦਾ ਵੀ ਸਾਡੇ ਹਲਕੇ 'ਚ ਆ ਕੇ ਗਏ ਆ, ਅਤੇ ਲੋਕ ਆਪ ਵੀ ਮੂਵਮੈਂਟ ਕਰਦੇ ਨੇ, ਉਹਦੇ ਨਾਲ ਬੜਾ ਵੱਡਾ ਫਰਕ ਪੈਂਦਾ। ਇਹਨਾਂ ਦਿਨਾਂ ਦੇ ਵਿੱਚ ਆਮ ਦਿਨਾਂ ਨਾਲੋਂ ਇਹਨਾਂ ਦਿਨਾਂ ਦੇ ਵਿੱਚ ਫਰਕ ਹੈ GP ਸਾਹਿਬ, ਕਿਉਂਕਿ ਸਾਜਰੇ ਉੱਠਣਾ ਔਰ ਇੱਕ ਮੁਹਿੰਮ ਜਿਹੜੀ ਆ ਉਹ ਚੱਲ ਰਹੀ ਹੈ, ਕਿਉਂਕਿ ਆਮ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਕੰਮ ਅਸੀਂ ਰੂਟੀਨ ਦੇ ਵਿੱਚ ਕਰਨੇ ਹੁੰਦੇ ਨੇ, ਜਦੋਂ ਅਸੀਂ ਕਿਸੇ ਕੁਰਸੀ ਦੇ ਉੱਤੇ ਬੈਠ ਜਾਂਦੇ ਹਾਂ, ਤਾਂ ਇਹ ਲੋਕਾਂ ਦਾ ਪਹਿਲਾਂ ਵੀ ਪਿਆਰ ਸੀ ਤੁਹਾਡੇ ਨਾਲ, ਹੁਣ ਵੀ ਪਿਆਰ ਹੈ, ਪਹਿਲ ਦੇ ਆਧਾਰ 'ਤੇ ਤੁਹਾਨੂੰ ਇਹ ਕੁਰਸੀ ਮਿਲਦੀ ਹੈ, ਅਤੇ ਫਿਰ ਕਿਹੜੇ ਕੰਮ ਕਰੋਗੇ ਆਪਣੇ ਇੱਥੋਂ ਦੇ ਲੋਕਾਂ ਲਈ? ਕਿਉਂਕਿ ਸ਼੍ਰੀ ਫਤਿਹਗੜ੍ਹ ਸਾਹਿਬ ਬੜੀ ਇਤਿਹਾਸਿਕ ਧਰਤੀ ਹੈ ਜਿੱਥੋਂ ਮੈਂ ਚੋਣ ਲੜ ਰਿਹਾ, ਕਿਉਂਕਿ ਮੈਨੂੰ ਪੂਰੀ ਆਸ ਹੈ ਪਰਮਾਤਮਾ ਕਿਰਪਾ ਕਰੂਗਾ, ਜਦੋਂ 1 ਜੂਨ ਨੂੰ ਵੋਟਾਂ ਪੈਣੀਆਂ ਨੇ, ਜਦੋਂ 4 ਜੂਨ ਨੂੰ ਰਿਜ਼ਲਟ ਆਊਗਾ, ਅਤੇ ਅਸੀਂ ਇਹ ਸੀਟ ਜਿੱਤਾਂਗੇ। ਅਸੀਂ ਜਿੱਤਣ ਤੋਂ ਬਾਅਦ ਸ਼੍ਰੀ ਫਤਿਹਗੜ੍ਹ ਸਾਨੂੰ ਇੱਕ ਹੈਰੀਟੇਜ ਸਿਟੀ, ਇੱਕ ਵਧੀਆ ਆਪਾਂ ਸ਼ਹਿਰ ਬਣਾਵਾਂਗੇ, ਪਰਮਾਤਮਾ ਸੁੱਖ ਰੱਖੇ। ਇੱਕ ਹੋਰ ਬੇਨਤੀ ਕਰਦੇ, ਜਿੱਤਣ ਦੀ ਗਲਤ ਕਰਦੇ ਹਾਂ, ਅਤੇ ਅੱਜ ਪੂਰੇ ਭਾਰਤ 'ਚ ਅੱਜ ਇੱਦਾਂ ਦਾ ਮਾਹੌਲ ਬਣ ਚੁੱਕਿਆ ਹੈ, ਪੂਰੇ ਵਧੀਆ ਮਾਹੌਲ ਬਣ ਚੁੱਕਿਆ, ਕਿਉਂਕਿ ਅੱਜ ਪੂਰੀ ਜਿਹੜੀ ਸਾਡੀਆਂ ਭਾਈਵਾਲੀ ਪਾਰਟੀਆਂ ਨੇ, ਅਸੀਂ ਆਉਣ ਵਾਲੇ ਟਾਈਮ 'ਚ ਸਰਕਾਰ ਬਣਾਵਾਂਗੇ, ਸਾਨੂੰ ਕਿਉਂਕਿ ਜੇ ਸਰਕਾਰ ਬਣਦੀ ਹੈ ਤਾਂ ਬਹੁਤ ਪੈਸੇ ਆਪਾਂ ਉੱਥੋਂ ਲੈ ਕੇ ਆ ਸਕਦੇ ਹਾਂ, ਤਾਂ ਕਿ ਆਪਾਂ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਸੁੰਦਰ ਕਰ ਸਕੀਏ। GP ਸਾਹਿਬ, ਸਾਰਾ ਦਿਨ ਮਿਹਨਤ ਕਰਦੇ ਹੋ ਔਰ ਇਹਨਾਂ ਦਿਨਾਂ 'ਚ ਤਾਂ ਲਗਾਤਾਰ ਮਿਹਨਤ ਚੱਲ ਰਹੀ ਹੈ, ਸਰੀਰ ਤਾਂ ਸਰੀਰ ਹੀ ਮੰਨਿਆ ਜਾਂਦਾ, ਪਰ ਪੂਰਾ ਦਿਨ ਮਿਹਨਤ ਕਰਦੇ ਹੋ, ਲੋਕਾਂ ਦੇ ਵਿੱਚ ਜਾਂਦੇ ਹੋ, ਲੋਕਾਂ ਦਾ ਪਿਆਰ ਮਿਲਦਾ, ਉਹਦੇ ਨਾਲ ਫਿਰ ਸਾਰੇ ਦਿਨ ਦੀ ਥਕਾਵਟ ਲੱਥ ਜਾਂਦੀ? ਐਕਚੁਅਲੀ ਗੱਲ ਥੋੜ੍ਹੀ ਠੀਕ ਹੈ, ਜਦੋਂ ਲੋਕ ਵੈਲਕਮ ਕਰਦੇ ਆ, ਤੁਹਾਡੇ ਹਾਰ ਪਾਉਂਦੇ ਆ, ਤੁਹਾਡੀ ਵਾਹਵਾ ਕਰਦੇ, ਸਾਡੇ ਮੁੱਖ ਮੰਤਰੀ ਸਾਹਿਬ ਦੀ ਵਾਹਵਾ ਕਰਦੇ ਆ, ਕੇਜਰੀਵਾਲ ਸਾਹਿਬ ਦੀ ਵਾਹਵਾ ਕਰਦੇ ਆ, ਅਤੇ ਸਾਨੂੰ ਬੜਾ ਵੱਡਾ ਇੱਕ ਜਿਹੜੀ ਥਕਾਵਟ ਹੈ ਉਹ ਲੈ ਜਾਂਦੀ ਹੈ, ਅਤੇ ਲੋਕ ਤੁਹਾਨੂੰ ਵੈਲਕਮ ਕਰਨ ਤਾਂ ਥਕਾਵਟ ਵਾਲੀ ਕੋਈ ਦੂਰ ਨਹੀਂ ਜਾਂਦੀ, ਦੂਰ ਹੋ ਜਾਂਦੀ ਥਕਾਵਟ ਸਾਰੀ। ਮੰਨਦੇ ਹੋ ਵਿਰੋਧੀ ਪਾਰਟੀਆਂ ਆਪੋ ਆਪਣੀ ਥਾਂ 'ਤੇ ਪ੍ਰਚਾਰ ਵੀ ਕਰ ਰਹੀਆਂ ਨੇ ਅਤੇ ਦਾਅਵੇ ਵੀ ਕਰ ਰਹੀਆਂ ਨੇ, ਵੀ ਕੋਈ ਕਹਿੰਦਾ ਅਸੀਂ 400 ਤੋਂ ਪਾਰ ਹੈ, ਕੋਈ ਕਹਿੰਦੇ ਵੀ ਅਸੀਂ ਜਿਹੜਾ ਸਰਕਾਰ 2 ਸਾਲਾਂ 'ਚ ਨਹੀਂ ਕਰ ਸਕੀ ਅਸੀਂ ਉਵੇਂ ਕਰਕੇ ਦਿਖਾ ਦਾਂਗੇ, ਅਜਿਹੇ ਬਿਆਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਐਕਚੁਅਲੀ ਕੀ ਹੈ, ਅੱਜ 10 ਸਾਲ ਦੇ ਕਰੀਬ ਮੋਦੀ ਨੂੰ ਹੋ ਗਿਆ ਜੀ, ਅਤੇ 400 ਪਾਰ ਕਰਨ ਦੀ ਗੱਲ ਕਰ ਰਹੇ ਸੀ, ਪਰ 10 ਸਾਲ ਦੇ ਵਿੱਚ ਪਰਫੋਰਮੈਂਸ ਨਹੀਂ ਰਹੀ, ਪਰਫੋਰਮੈਂਸ ਬੜੀ 0 ਰਹੀ ਹੈ, ਅਤੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ 2 ਸਾਲ ਦੇ ਵਿੱਚ ਸਾਡੇ ਪੰਜਾਬ ਦੇ ਕੰਮ ਕੀਤੇ ਹੈ, ਸਾਨੂੰ ਪੂਰੀ ਆਸ ਹੈ ਵੀ 13 ਦੀਆਂ 13 ਸੀਟਾਂ ਅਸੀਂ ਜਿੱਤਾਂਗੇ, ਅਤੇ ਅੱਜ ਜੇ ਪੰਜਾਬ ਦੇ ਲੋਕ ਹੈ ਉਹ ਸਾਡੇ ਭਗਵੰਤ ਮਾਨ ਜੀ ਨਾਲ ਅਤੇ ਕੇਜਰੀਵਾਲ ਸਾਹਿਬ ਦੇ ਨਾਲ ਹੈ। ਤਾਂ ਬਿਲਕੁਲ ਜੀ, ਦਿਨ ਦੀ ਸ਼ੁਰੂਆਤ ਜਿਹੜੀ ਹੈ ਗੁਰਪ੍ਰੀਤ ਸਿੰਘ GP ਬਿਲਕੁਲ ਤਿਆਰ ਬਰਤਿਆਰ ਨੇ, ਚੋਣ ਪ੍ਰਚਾਰ ਜਿਹੜਾ ਕੀਤਾ ਜਾਊਗਾ, ਅਮਲੋਹ ਦੇ ਪਿੰਡਾਂ ਦੇ ਵਿੱਚ ਲੋਕਾਂ ਨਾਲ ਮਿਲਣਾ ਵੀ ਆ, ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਨੀਆਂ ਨੇ, ਔਰ ਚੋਣ ਪ੍ਰਚਾਰ ਜਿਹੜਾ ਲਗਾਤਾਰ ਚੱਲ ਰਿਹਾ ਔਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰ ਰਹੇ ਨੇ, ਚੋਣ ਪ੍ਰਚਾਰ ਕਰ ਰਹੇ ਨੇ। 1 ਜੂਨ ਨੂੰ ਵੋਟਾਂ ਪੈਣਗੀਆਂ, 4 ਜੂਨ ਨੂੰ ਨਤੀਜੇ ਆਉਣਗੇ। ਅੱਜ ਦਿਨ ਭਰ ਦੇ ਵਿੱਚ ਇੱਕ ਉਮੀਦਵਾਰ ਕਿਸ ਤਰੀਕੇ ਨਾਲ ਕੰਮ ਕਰਦਾ ਔਰ ਕੀ ਕੁਛ ਹੁੰਦਾ, ਸਾਰੇ ਦਿਨ ਦੇ ਵਿੱਚ ਗੁਰਪ੍ਰੀਤ ਸਿੰਘ ਜੀਪੀ ਹੋਰਾਂ ਦੇ ਨਾਲ ਅਸੀਂ ਰਹਾਂਗੇ ਔਰ ਕਿੱਥੇ ਕਿੱਥੇ ਜਾਂਦੇ ਨੇ, ਕਿਵੇਂ ਕਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਹੁੰਦਾ। ਇੱਕ ਉਮੀਦਵਾਰ ਦਾ ਦਿਨ ਜਿਹੜਾ ਜਦੋਂ ਸ਼ੁਰੂ ਹੁੰਦਾ ਅਤੇ ਜਦੋਂ ਸ਼ਾਮ ਢਲਦੀ ਹੈ ਕਿਹੋ ਜਿਹਾ ਦਿਨ ਹੁੰਦਾ, ਸਾਰਾ ਕੁਛ ਤੁਹਾਨੂੰ ਦਿਖਾਵਾਂਗੇ। ਮੈਨੂੰ ਰਾਏਕੋਟ 'ਚ ਪਰਸੋਂ ਦੀ ਰਾਏਕੋਟ ਇੱਕ ਭੈਣ ਮਿਲੀ, ਉਹ ਨਰੇਗਾ 'ਚ ਕੰਮ ਕਰਦੀ ਹੈ। ਕਹਿੰਦੇ ਮੇਰੀ ਕੁੜੀ ਵੀ PCS ਲੱਗੀ ਹੈ, ਵੀ ਵੱਡੀ ਵੱਡੀ ਅਫਸਰ ਲੱਗੀ ਹੈ, ਕੋਈ ਤਹਿਸੀਲਦਾਰ ਲੱਗਿਆ, ਕੋਈ ਮਤਲਬ ਕਹਿਣ ਦਾ ਮਤਲਬ, ਮੈਂ ਕੁੜੀ ਨੂੰ ਪੁੱਛਿਆ, ਕੁੜੀ ਮੈਂ ਪੁੱਛਿਆ ਉਹਨੂੰ, ਮਗਰ ਤੁਹਾਡੀ ਮੰਮਾ ਕੀ ਕਰਦੀ, ਪਾਪਾ ਕੀ ਕਰਦੇ, ਮੇਰੇ ਪਾਪਾ ਸਬਜ਼ੀ ਦੁਕਾਨ ਕਰਦੇ ਸੀ, ਮੇਰੀ ਮੰਮੀ ਨਰੇਗਾ 'ਚ ਕੰਮ ਕਰਦੀ ਹੈ, ਵੀ ਮੈਨੂੰ ਨੌਕਰੀ ਮਿਲੀ ਹੈ। ਅਤੇ ਉਹਨਾਂ ਧੰਨਵਾਦ ਕੀਤਾ ਆਪਣੇ ਮੁੱਖ ਮੰਤਰੀ ਦਾ, ਕਿਉਂਕਿ ਅੱਜ ਸਹੀ ਮਿਹਨਤ 'ਚ ਜਿਹੜੇ ਗਰੀਬ ਕਿਸਾਨ ਨੇ ਉਹਨਾਂ ਦੇ ਬੱਚਿਆਂ ਨੂੰ ਨੌਕਰੀ ਮਿਲ ਰਹੀ ਹੈ, ਜਾਂ ਕੋਈ ਜਿਹੜਾ ਵੀ ਕੋਈ, ਚਾਹੇ ਰਾਜ ਮਿਸਤਰੀ ਸੀ ਜਾਂ ਕੋਈ ਸਬਜ਼ੀ ਵੇਚਣ ਵਾਲਾ, ਅਤੇ ਅੱਜ ਉਹ ਪਰਿਵਾਰਾਂ ਨੂੰ ਨੌਕਰੀ ਮਿਲੀ ਹੈ, ਬੜੀ ਵੱਡੀ ਇਹ ਗੱਲ ਹੋਈ ਹੈ। ਅਤੇ ਬਾਕੀ ਆਪਾਂ ਗੱਲ ਕਰੀਏ, ਚਾਹੇ ਐਜੂਕੇਸ਼ਨ ਦੀ ਗੱਲ ਕਰ ਲਓ, ਚਾਹੇ ਅੱਜ ਮਹੱਲਾ ਕਲੀਨਿਕ ਦੀ ਗੱਲ ਕਰੋ, ਘੱਟੋ ਘੱਟ 7 ਦੇ ਕਰੀਬ ਇਹ ਮਹੱਲਾ ਕਲੀਨਿਕ ਬਣੇ ਨੇ, ਅਤੇ ਉਹਦੇ ਵਿੱਚ ਆਪਣੀ 80 ਦੇ ਕਰੀਬ ਜਿਹੜੀ ਦਵਾਈਆਂ ਤੁਹਾਨੂੰ ਮਿਲਦੀਆਂ ਨੇ ਉਹ ਫ੍ਰੀ ਮਿਲਦੀਆਂ ਨੇ। ਤੁਸੀਂ ਆਪਦਾ ਜਦੋਂ ਮਰਜ਼ੀ ਚੈੱਕਅਪ ਕਰਾ ਕੇ ਉੱਥੇ ਆਪਦਾ ਇਲਾਜ ਕਰਾ ਸਕਦੇ ਹੋ। ਅਤੇ ਬਾਕੀ ਅੱਜ ਜਿਹੜੀ ਨੌਕਰੀਆਂ ਦੀ ਗੱਲ ਕਰੀਏ, 43,000 ਦੇ ਕਰੀਬ ਨੌਕਰੀਆਂ ਮਿਲੀਆਂ ਨੇ। ਪਹਿਲਾਂ ਕਦੇ ਵੀ ਕਿਸੇ ਗੌਰਮੈਂਟ ਨੇ, ਚਾਹੇ ਆਪਣੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਗੌਰਮੈਂਟ ਰਹੀ ਹੋਵੇ, ਚਾਹੇ ਅਕਾਲੀਆਂ ਦੀ ਗੌਰਮੈਂਟ ਰਹੀ ਹੋਵੇ, ਹਮੇਸ਼ਾ ਹੀ ਆਹ ਸਾਡੇ ਮੁੱਖ ਮੰਤਰੀ ਸਾਹਿਬ ਦੀ ਬੜੀ ਵਧੀਆ ਸੋਚ ਹੈ ਪੰਜਾਬ ਦੇ ਪ੍ਰਤੀ, ਅਤੇ ਜਿਵੇਂ ਇੰਨੀਆਂ ਨੌਕਰੀਆਂ ਦਿੱਤੀਆਂ ਨੇ, ਇਹ ਪਹਿਲਾਂ ਕਦੇ ਵੀ ਇੰਨੀਆਂ ਨੌਕਰੀਆਂ ਨਹੀਂ ਮਿਲੀਆਂ। ਬਾਕੀ ਜਿਹੜੇ ਸਾਡੇ ਫੌਜੀ ਭਰਾ ਨੇ, ਫੌਜੀ ਭਰਾ ਕੋਈ ਜਾਂ ਬਾਰਡਰ 'ਤੇ ਕੋਈ ਸ਼ਹੀਦ ਹੋ ਜਾਂਦਾ ਜਾਂ ਕੋਈ ਡੈਥ ਹੋ ਜੇ ਮੌਤ ਹੋ ਜਾਂਦੀ ਹੈ, ਅਤੇ ਉਹਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਜਿਹੜੇ ਹੈ ਉਹ ਗੌਰਮੈਂਟ ਸਾਡੇ ਮੁੱਖ ਮੰਤਰੀ ਸਾਹਿਬ ਜਾਂ MLA ਆ ਕੇ ਦਿੰਦੇ ਨੇ, ਤਾਂ ਕਿ ਉਹਦੇ ਪਰਿਵਾਰ ਨੂੰ ਇੱਕ ਦਿਲਾਸਾ ਵੀ ਮਿਲ ਸਕੇ, ਉਹਨਾਂ ਦੇ ਪਰਿਵਾਰ ਨੂੰ ਜੇ ਰੋਟੀ ਪਾਣੀ ਦਾ ਵੀ ਉਹਦਾ ਅਰੇਂਜਮੈਂਟ ਹੋ ਸਕੇ। ਤਾਂ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਔਰ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ। ਸਾਡੇ ਨਾਲ ਗੁਰਪ੍ਰੀਤ ਸਿੰਘ ਜੀਪੀ ਜੋ ਕਿ ਉਮੀਦਵਾਰ ਨੇ ਔਰ ਗੈਰੀ ਵੜਿੰਗ ਜੀ ਸਾਡੇ ਨਾਲ ਮੌਜੂਦ ਨੇ, ਪਿੰਡ ਕੰਜਾਰੀ ਦੇ ਵਿੱਚ ਆਏ ਹਾਂ। ਗੈਰੀ ਸਾਹਿਬ, ਕਿਹੋ ਜਿਹਾ ਲੋਕਾਂ ਦਾ ਹੁੰਗਾਰਾ ਔਰ ਕਿਵੇਂ ਲੱਗ ਰਿਹਾ? ਚੋਣ ਪ੍ਰਚਾਰ ਸਿਖਰਾਂ 'ਤੇ ਆ ਔਰ ਵੋਟਾਂ ਦੇ ਦਿਨ ਵੀ ਨੇੜੇ ਨੇ। ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਡੇ ਸਰੋਤਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਮੇਰੇ ਹਲਕੇ 'ਚ ਜੀ 98 ਪਿੰਡ ਨੇ, ਇਹ 98ਵਾਂ ਪਿੰਡ ਆ ਜਿੱਥੇ ਮੀਟਿੰਗ ਹੋ ਰਹੀ ਹੈ। ਸਾਰੇ ਪਿੰਡਾਂ 'ਚ ਮੀਟਿੰਗਾਂ ਹੋ ਗਈਆਂ ਅਤੇ ਇੰਨਾ ਕੁ ਚੰਗਾ ਹੁੰਗਾਰਾ ਹੈ ਸਾਡੇ ਪਿੰਡਾਂ ਦੇ ਵਿੱਚ। 2022 ਦੀਆਂ ਚੋਣਾਂ ਦੇ ਵਿੱਚ ਜਿਹੋ ਜਿਹਾ ਹੁੰਗਾਰਾ ਮੈਨੂੰ ਸੀ, ਉਦੋਂ ਵੀ ਵੱਧ ਕੇ ਹੁੰਗਾਰਾ ਮਿਲ ਰਿਹਾ। ਹੁਣ ਸ਼ਹਿਰ ਦਾ ਏਰੀਆ ਥੋੜ੍ਹਾ ਰਹਿੰਦਾ, ਅਗਲੇ 10 ਦਿਨ ਅਸੀਂ ਸ਼ਹਿਰ 'ਤੇ ਫੋਕਸ ਕਰਨਾ।
ਮੈਨੂੰ ਲੱਗਦਾ ਹੈ ਕਿ ਜਿੰਨੀ ਲੀਡ ਦੇ ਨਾਲ 2022 'ਚ ਲੋਕਾਂ ਨੇ ਮੈਨੂੰ ਜਿਤਾਇਆ ਸੀ, ਗੁਰਪ੍ਰੀਤ ਸਿੰਘ ਜੀ ਪੀ ਸਾਹਿਬ ਸਾਡੇ ਗਵਾਂਢੀ ਹਲਕੇ ਤੋਂ MLA ਰਹੇ ਨੇ, ਬਹੁਤ ਚੰਗੀ ਛਵੀ ਦੇ ਮਾਲਕ ਨੇ, ਲੋਕ ਪਸੰਦ ਕਰਦੇ ਨੇ। ਅਤੇ ਦੂਜੀ ਗੱਲ ਹੈ ਕਿ ਜਿਹੜੇ ਕਾਂਗਰਸ ਦੇ MPA ਤੋਂ ਰਹੇ ਨੇ ਉਹ ਬਹੁਤ ਵੱਡੇ ਪੱਧਰ 'ਤੇ ਫੇਲ ਸਾਬਤ ਹੋਏ ਨੇ, ਲੋਕਾਂ ਦੇ ਵਿੱਚ ਨਾਰਾਜ਼ਗੀ ਹੈ, ਕਾਂਗਰਸੀ ਵਰਕਰਾਂ ਦੇ ਵਿੱਚ ਨਾਰਾਜ਼ਗੀ ਹੈ ਉਹਨਾਂ ਨੂੰ ਲੈ ਕੇ। ਤਾਂ ਮੈਨੂੰ ਲੱਗਦਾ ਕਿ ਜਿੱਡੇ ਵੱਡੇ ਮਾਰਜਿਨ ਨਾਲ 2022 'ਚ ਮੇਰੀ ਜਿੱਤ ਹੋਈ ਸੀ, ਉਹਦੇ ਹੀ ਮਾਰਜਿਨ ਨਾਲ GP ਸਾਹਿਬ ਇਸ ਵਾਰ ਚੋਣਾਂ 'ਚ ਨਿਕਲ ਕੇ ਜਾਣਗੇ। GP ਸਾਹਿਬ, ਇਹਨਾਂ ਦਾ ਭਰੋਸਾ, ਇਹਨਾਂ ਦਾ ਵਿਸ਼ਵਾਸ ਤੁਹਾਡੇ 'ਤੇ ਹੈ, ਕਿਉਂਕਿ ਇਹਨਾਂ ਦੇ ਜਿਹੜੇ ਹਲਕੇ ਦੇ ਜਿਹੜੇ ਪਿੰਡ ਆਉਂਦੇ ਨੇ ਹਲਕੇ ਦੇ ਵਿੱਚ, ਇਹਨਾਂ ਦੇ ਆਧਾਰ 'ਤੇ, ਇਹਨਾਂ ਦੇ ਪਿਆਰ ਦੇ ਸਿਰ 'ਤੇ ਇਹਨਾਂ ਤੁਹਾਡੇ 'ਤੇ ਭਰੋਸਾ ਕੀਤਾ ਪਹਿਲ ਦੇ ਆਧਾਰ 'ਤੇ, ਜਿੱਦਾਂ ਤੁਸੀਂ ਹੁਣ ਵੀ ਗੱਲ ਕੀਤੀ ਕਿ ਉਹਨਾਂ ਦੀ ਦਿਹਾੜੀ ਦੇ ਵਿੱਚ ਵਾਧਾ ਕੀਤਾ ਜਾਊਗਾ ਔਰ ਦਿਨ ਵੀ ਵਧਾਏ ਜਾਣਗੇ, ਉਸ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਮਿਹਨਤੀ ਗੈਰੀ ਬਰਿੰਗ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ, ਜਿਨ੍ਹਾਂ ਦਾ ਇਹ ਆਖਰੀ ਪਿੰਡ ਹੈ ਅੱਜ ਕੰਪੇਨ ਦਾ। ਇਹਨਾਂ ਦਾ ਆਲਰੇਡੀ ਸਾਰੇ ਪਿੰਡ ਕੱਢੀ ਦਿੱਤੇ, ਮੈਂ ਵੀ ਘੱਟੋ ਘੱਟ 25-30% ਮੈਂ ਕੱਢਤੇ, ਅਤੇ ਅੱਜ ਸ਼ਹਿਰ 'ਚ ਵੀ ਮੀਟਿੰਗਾਂ ਨੇ ਅਤੇ ਬਹੁਤ ਵਧੀਆ ਰਿਸਪੋਂਸ ਇਸ ਹਲਕੇ 'ਚ ਮਿਲ ਰਿਹਾ, ਕਿਉਂਕਿ ਬਹੁਤ ਹੀ ਸ਼ਰੀਫ, ਬਹੁਤ ਡੀਸੈਂਟ ਸਾਡੇ MLA ਨੇ, ਅਤੇ ਹਮੇਸ਼ਾ ਹੀ ਆਪਦੇ ਹਲਕੇ 'ਚ ਲੋਕਾਂ ਨਾਲ ਪਿਆਰ ਵੀ ਕੀਤਾ, ਅਤੇ ਜਿਹਨੇ ਲੜਾਈਆਂ ਨੇ ਉਹ ਵੀ ਖਤਮ ਕੀਤੀਆਂ ਨੇ, ਅਤੇ ਆਉਣ ਵਾਲੇ ਟਾਈਮ 'ਚ ਮੈਨੂੰ ਪੂਰਾ ਲੱਗ ਰਿਹਾ ਜਿਵੇਂ ਅਮਲੋਹ ਹਲਕਾ ਅਸੀਂ ਬਹੁਤ ਵਧੀਆ ਇੱਥੋਂ ਲੀਡ ਕਰਾਂਗੇ। ਸ੍ਰੀ ਫਤਿਹਗੜ੍ਹ ਸਾਹਿਬ ਜਿਹੜੀ ਸੀਟ ਹੈ ਉਹ ਬਹੁਤ ਵਧੀਆ ਫਰਕ ਨਾਲ ਜਿੱਤਾਂਗੇ। ਜੀ ਸਾਹਿਬ, ਜਿਹੜੀ 1000 ਰੁਪਏ ਦੀ ਗੱਲ ਹੈ, ਅਕਸਰ ਵਿਰੋਧੀ ਪਾਰਟੀਆਂ ਵੀ ਇਸ ਚੀਜ਼ ਨੂੰ ਲੈ ਕੇ ਤੰਜ ਕੱਸਦੀਆਂ ਜੀ, ਆਮ ਆਦਮੀ ਪਾਰਟੀ ਨੇ 1000 ਰੁਪਿਆ ਨਹੀਂ ਦਿੱਤਾ, ਇਸ ਦੇ ਬਾਰੇ ਤੁਹਾਡਾ ਕੀ ਕਹਿਣਾ? ਐਕਚੁਅਲੀ ਹਲੇ 2.5 ਸਾਲ ਸਰਕਾਰ ਦੇ ਹੋਏ ਨੇ, 2.5 ਸਾਲ ਦੇ ਵਿੱਚ ਸਾਰੇ ਪੰਜਾਬ ਸਾਰੇ ਲੋਕਾਂ ਦਾ ਬਿੱਲ ਜਿਹੜਾ ਜ਼ੀਰੋ ਕੀਤਾ, ਉਹ ਬਹੁਤ ਵੱਡਾ ਕਦਮ ਹੈ ਸਾਡੇ ਮੁੱਖ ਮੰਤਰੀ ਸਾਹਿਬ ਦਾ, ਕਿਉਂਕਿ ਉਹ ਜੋ ਕਹਿੰਦੇ ਆ ਕਰਦੇ ਆ। ਸਾਨੂੰ ਪੂਰੀ ਉਮੀਦ ਹੈ ਆਉਣ ਵਾਲੀ ਜਿਹਦੇ ਹਾਲੇ ਤਾਂ ਕੋਡ ਆਫ ਕੰਡਕਟ ਲੱਗਿਆ ਵਾਲੀ ਚੀਜ਼ਾਂ ਨਹੀਂ ਕਹਿ ਸਕਦੇ, ਅਤੇ ਆਉਣ ਵਾਲੇ ਜਲਦੀ ਤੋਂ ਜਲਦੀ ਅਸੀਂ ਜਿਹੜਾ 1000 ਰੁਪਿਆ ਉਹ ਵੀ ਜਲਦੀ ਤੋਂ ਜਲਦੀ ਦੇਵਾਂਗੇ, ਤਾਂ ਕਿ ਜਿਹੜੀ ਸਾਡੀ ਭੈਣਾਂ ਨਾਲ ਵਾਅਦਾ ਕੀਤਾ ਅਸੀਂ ਪੂਰਾ ਨਿਭਾਵਾਂਗੇ। ਪ੍ਰਿੰਸ ਸਾਹਿਬ, ਤੁਸੀਂ ਇਹਨਾਂ ਦਿਨਾਂ ਦੇ ਵਿੱਚ ਜਦੋਂ ਚੋਣ ਪ੍ਰਚਾਰ ਹੁੰਦਾ, ਦਿਨ ਦੀ ਸ਼ੁਰੂਆਤ ਸਾਜਰੇ ਹੋ ਜਾਂਦੀ ਹੈ ਔਰ ਰਾਤ 12-12 ਵੀ ਵੱਜ ਜਾਂਦੇ ਨੇ, ਕਿਹੋ ਜਿਹਾ ਸਮਾਂ ਔਰ ਕਿਵੇਂ ਦਾ ਲੱਗਦਾ ਇਹਨਾਂ ਦਿਨਾਂ 'ਚ? ਦੇਖੋ, ਇਹ ਤਾਂ ਐਜ਼ ਪੋਲੀਟੀਸ਼ੀਅਨ ਸਾਡਾ ਲਾਈਫ ਸਟਾਈਲ ਹੀ ਹੋ ਗਿਆ ਹੁਣ, ਇਹ ਸਿਰਫ ਵੋਟਾਂ ਦੇ ਦਿਨਾਂ 'ਚ ਨਹੀਂ, ਅਸੀਂ ਪਿੰਡਾਂ 'ਚ ਵੈਸੇ ਵੀ ਹਾਜ਼ਰੀ ਰੱਖਦੇ ਹਾਂ। ਮੈਂ ਇਲੈਕਸ਼ਨ ਤੋਂ ਬਾਅਦ ਘੱਟੋ ਘੱਟ 4-4, 5-5 ਵਾਰ ਤਾਂ ਹਰੇਕ ਪਿੰਡ 'ਚ ਗਿਆ, ਕਈ ਪਿੰਡਾਂ 'ਚ ਤਾਂ 10-10, 12-12 ਵਾਰ ਵੀ ਗਏ, ਤਾਂ ਇਹ ਤਾਂ ਸਾਡਾ ਰੂਟੀਨ ਹੀ ਹੈ ਜੀ, ਰੋਜ਼ ਅਰਲੀ ਮੋਰਨਿੰਗ ਲੋਕਾਂ ਨੂੰ ਮਿਲਣਾ, ਲੋਕਾਂ ਦੀਆਂ ਗੱਲਾਂ ਸੁਣਨਾ, ਅਤੇ ਸਾਰਾ ਦਿਨ ਹਲਕੇ 'ਚ ਰਹਿ ਕੇ ਫਿਰ ਰਾਤ ਨੂੰ ਘਰੇ ਪਹੁੰਚਣਾ। ਇਲੈਕਸ਼ਨ ਦਾ ਟਾਈਮ ਹੈ, ਸਗੋਂ ਦੀ ਮਾਹੌਲ ਜੋਸ਼ ਵਾਲਾ ਹੁੰਦਾ, ਸੈਲੀਬ੍ਰੇਸ਼ਨ ਵਾਲਾ ਹੁੰਦਾ, ਤਾਂ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਜ਼ਿਆਦਾ એનર્ਜੀ ਮਿਲਦੀ ਹੈ, ਇਹ ਹੋਰ ਵੀ ਵਧੀਆ ਦਿਨ ਨਿਕਲਦੇ ਨੇ। ਇਹ ਸਮੁੱਚੀ ਟੀਮ ਦਾ, ਜਿਹੜੀ ਸਮੁੱਚੀ ਟੀਮ ਸਾਡੀ ਗੈਰੀ ਬਿਲਡਿੰਗ ਦੀ ਟੀਮ ਹੈ, ਕੋਈ ਬਲੋਕ ਪ੍ਰਧਾਨ ਨੇ ਜਾਂ ਕੋਈ ਕਿਸਾਨ ਸੈੱਲ ਦੇ ਨੇ ਜਾਂ ਕੋਈ SC ਵਿੰਗ ਦੇ ਨੇ ਜਾਂ ਕੋਈ ਬੈਗ ਆਪਣੇ BC ਵਿੰਗ ਦੇ ਨੇ, ਉਹ ਸਾਰੀ ਸਮੁੱਚੀ ਤੌਰ ਦੀ ਜਿਹੜੀ ਟੀਮ ਹੈ ਉਹ ਨਾਲ ਚੱਲ ਰਹੀ ਹੈ, ਅਤੇ ਸਾਨੂੰ ਪੂਰਾ ਹੰਗਾਰਾ ਹੈ, ਅਤੇ ਜਿਹਨੂੰ ਟੀਮ, ਕਿਉਂਕਿ ਜਿਹੜੀ ਟੀਮ ਵਰਕ ਹੈ MLA ਨੇ ਕੰਮ ਕਰਨ ਦੀ, ਟੀਮ ਵਰਕ ਹੈ ਉਹ ਵੀ ਸਾਡੇ ਜਿਹੜੇ ਪਾਰਟੀ ਦੇ ਅਹੁਦੇ ਦਾ ਸਭ ਕਰਨਾ ਹੁੰਦਾ, ਪਿੰਡਾਂ 'ਚ ਜਾ ਕੇ ਪਹਿਲਾਂ ਉਹ ਲੋਕਾਂ ਨਾਲ ਗੱਲਬਾਤ ਕਰਦੇ, ਸਾਡੀ ਪਾਰਟੀ ਦੀ ਜੋ ਪਾਰਟੀ 2 ਸਾਲ 'ਚ ਕੀਤਾ ਇਹ ਕੰਮ ਉਹ ਦੱਸਦੇ ਹੈ, ਸਾਨੂੰ ਪੂਰਾ ਹੰਗਾਰਾ ਹੈ, ਜਿਹੜਾ ਅਮਲੋਹ ਹਲਕਾ ਵੀ ਬਹੁਤ ਵਧੀਆ ਵੱਡੇ ਫਰਕ ਨਾਲ ਜਿੱਤਾਂ। ਤਾਂ ਬਿਲਕੁਲ ਜੀ, ਉਮੀਦਵਾਰਾਂ ਦੀ ਦਿਨ ਚਰਿਆ ਕਿਸ ਤਰੀਕੇ ਦੀ ਰਹਿੰਦੀ ਹੈ ਤੁਸੀਂ ਦੇਖਿਆ, ਵੱਖੋ ਵੱਖ ਪਿੰਡਾਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾਂਦਾ ਔਰ ਵੱਖੋ ਵੱਖ ਜਗ੍ਹਾ 'ਤੇ ਜਾ ਕੇ ਲੋਕਾਂ ਨਾਲ ਮਿਲਦੇ ਨੇ। ਤਾਂ ਅੱਜ ਦਾ ਇਹ ਚੋਣ ਪ੍ਰਚਾਰ ਜਿਹੜਾ ਗੁਰਪ੍ਰੀਤ ਸਿੰਘ GP ਹੋਣਾ ਦੇ ਕਾਫਲੇ ਦੇ ਬਿਲਕੁਲ ਅਸੀਂ ਨਾਲ ਆ ਔਰ ਪਲ ਪਲ ਤੁਹਾਨੂੰ ਦਿਖਾਉਂਦੇ ਰਹਾਂਗੇ ਕਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਜਾਂਦੇ ਨੇ, ਕਿਵੇਂ ਲੋਕਾਂ ਦਾ ਹੁੰਗਾਰਾ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਉਂਦੇ ਰਹਾਂ। ਬਹੁਤ ਹੀ ਸਤਿਕਾਰਯੋਗ ਸਾਡੇ ਇੱਥੋਂ ਦੇ MLA ਗੈਰੀ ਬਰਿੰਗ ਸਾਹਿਬ, ਸਾਡੇ ਇੱਥੋਂ ਦੇ SC ਵਿੰਗ ਦੇ ਪ੍ਰਧਾਨ, BC ਵਿੰਗ ਦੇ ਜ਼ਿਲ੍ਹਾ ਪ੍ਰਧਾਨ, ਸਾਡੇ ਸਲਾਣਾ ਸਾਹਿਬ ਅਤੇ ਸਾਡੀ ਭੈਣ ਮਾਰਕੀਟ ਕਮੇਟੀ ਦੀ ਚੇਅਰਮੈਨ ਸਾਹਿਬ, ਅਤੇ ਬਾਕੀ ਮੇਰੇ ਬਜ਼ੁਰਗ, ਸਾਡੀ ਪਾਰਟੀ ਦੇ
ਵੱਖ ਵੱਖ ਅਹੁਦੇਦਾਰ ਸਾਹਿਬਾਨ ਅਤੇ ਭੈਣਾਂ ਅਤੇ ਮਾਤਾਵਾਂ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਤੁਸੀਂ ਅੱਜ ਗਰਮੀ ਦੇ ਮੌਸਮ ਇਕੱਠੇ ਹੋਏ ਹੋ, ਇਹ ਪਹਿਲੀ ਵਾਰੀ ਹੋਇਆ ਜਿਹੜਾ ਅੱਜ ਸਕੂਲੀ ਪੱਧਰ 'ਤੇ ਆਪਾਂ ਜਿਵੇਂ ਐਜੂਕੇਸ਼ਨ ਦੀ ਆਪਾਂ ਗੱਲ ਕਰੀਏ, ਸਕੂਲੀ ਸਿੱਖਿਆ ਦੀ, ਉਹ ਪੰਜਾਬ 'ਚ ਵਧੀਆ ਹੋ ਰਹੀ ਹੈ। ਵਧੀਆ ਟੀਚਰ ਅਤੇ ਵਧੀਆ ਸਮਾਰਟ ਰੂਮ ਜਾਂ ਆਪਣੇ ਕੰਪਿਊਟਰ ਰੂਮ ਬਣ ਰਹੇ ਨੇ ਤਾਂ ਕਿ ਸਾਡੇ ਬੱਚਿਆਂ ਨੂੰ ਚੰਗੀ ਤਰ੍ਹਾਂ ਐਜੂਕੇਸ਼ਨ ਮਿਲੇ। ਜਿੰਨੇ ਵੀ ਪਾਰਟੀ ਦੇ ਸਾਡੇ ਸੀਨੀਅਰ ਲੀਡਰਸ਼ਿਪ ਅਤੇ ਬਾਕੀ ਮੇਰੀਆਂ ਭੈਣਾਂ ਅਤੇ ਮਾਤਾਵਾਂ ਅਤੇ ਸਾਡੇ ਨੌਜਵਾਨ ਵੀਰ, ਮੇਰੇ ਬਜ਼ੁਰਗ, ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਤੁਸੀਂ ਅੱਜ ਬਹੁਤ ਗਿਣਤੀ 'ਚ ਇੱਥੇ ਇਕੱਠੇ ਹੋਏ ਹੋ, ਕਿਉਂਕਿ ਅੱਜ 2 ਸਾਲ ਦੀ ਜਿਹੜੀ ਕਾਰਜਕਾਰੀ ਹੈ, ਕਿਉਂਕਿ ਹਰ ਪਾਰਟੀ ਨੇ ਵੋਟ ਮੰਗਣ ਆਉਣਾ ਅਤੇ ਹਰ ਪਾਰਟੀ ਨੇ ਆਪਣੀ ਗੱਲ ਕਰਨੀ ਹੈ, ਪਰ ਅਸੀਂ 2 ਸਾਲ ਦੀ ਜਿਹੜੀ ਕਾਰਜਕਾਰੀ ਉਹ ਤੁਹਾਨੂੰ ਦੱਸਣੀ ਹੈ। 2 ਸਾਲ ਦੇ ਵਿੱਚ ਜਿਵੇਂ ਗੈਰੀ ਜੀ ਬੋਲ ਕੇ ਗਏ ਹੈ, ਜੋ ਸਕੂਲ ਜਿਹੜੀ ਸਕੂਲ ਸਿੱਖਿਆ ਸਾਡੀ ਪੰਜਾਬ ਦੀ ਐਜੂਕੇਸ਼ਨ ਹੈ ਅਤੇ ਉਹਦੇ ਨਾਲ ਜਿਹੜਾ ਪੰਜਾਬ ਦਾ ਜਿਹੜੀ ਗਰੋ ਕਰ ਰਹੀ ਹੈ, ਸਾਡੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਮਿਲ ਰਹੀ ਹੈ ਤਾਂ ਕਿ ਬੱਚੇ ਆਉਣ ਵਾਲੇ ਟਾਈਮ ਚੰਗੀ ਐਜੂਕੇਸ਼ਨ ਲੈ ਕੇ ਆਪਦੇ ਮਾਂ ਬਾਪ ਦਾ ਨਾਂ ਰੋਸ਼ਨ ਕਰਨ, ਅਤੇ ਚਾਹੇ ਕੰਪਿਊਟਰ ਰੂਮ ਹੋਣ, ਚਾਹੇ ਸਮਾਰਟ ਰੂਮ ਹੋਣ, ਚਾਹੇ ਵਧੀਆ ਟੀਚਰ ਹੋਣ, ਅਤੇ ਆਉਣ ਵਾਲੇ ਟਾਈਮ 'ਚ ਇਹ ਪੰਜਾਬ ਜਿਹੜਾ ਐਜੂਕੇਸ਼ਨ ਲਈ ਬਹੁਤ ਵਧੀਆ ਰਹੂਗਾ। ਅਤੇ ਬਾਕੀ ਆਪਾਂ ਹੈਲਥ ਦੀ ਗੱਲ ਕਰੀਏ, ਅੱਜ ਜਿਹੜੀ ਸਿਹਤ ਸੇਵਾਵਾਂ ਨੇ ਅਤੇ ਇੱਥੇ ਵੀ 7 ਦੇ ਕਰੀਬ ਮੁਹੱਲਾ ਕਲੀਨਿਕ ਬਣੇ ਹੈ, ਜਿਨ੍ਹਾਂ ਵਿੱਚ 80 ਦੇ ਕਰੀਬ ਜਿਹੜੀ ਮੈਡੀਸਨ ਦਵਾਈਆਂ ਮਿਲਦੀਆਂ ਨੇ, ਆਪਦੀਆਂ ਪ੍ਰੋਪਰ ਦਵਾਈਆਂ ਆਪਾਂ ਪ੍ਰੋਪਰ ਦਵਾਈਆਂ ਮਿਲਦੀਆਂ ਨੇ ਤਾਂ ਕਿ ਆਪਦਾ ਟੈਸਟ ਕਰਾ ਕੇ ਆਪਾਂ ਦੱਸ ਕੇ ਵੀ ਮੇਰੀ ਚੀ ਮੈਨੂੰ ਇਹ ਤਕਲੀਫ ਹੈ ਅਤੇ ਉਹਦੇ ਹਿਸਾਬ ਨਾਲ ਤੁਹਾਨੂੰ ਇਹ ਮੈਡੀਸਨ ਮਿਲਦੀ ਹੈ। ਲੋਕ ਸਭਾ ਚੋਣਾਂ ਦਾ ਪ੍ਰਚਾਰ ਸਿਖਰਾਂ ਦੇ ਉੱਪਰ ਆ। ਜਿਹੜੇ ਉਮੀਦਵਾਰ ਖੜ੍ਹੇ ਨੇ, ਇਸ ਵਾਰ ਚੋਣ ਪ੍ਰਚਾਰ ਸਵੇਰ ਤੋਂ ਸ਼ੁਰੂ ਹੁੰਦਾ ਹੈ, ਸਵੇਰ ਤੋਂ ਲੈ ਕੇ ਕਈ ਵਾਰ ਰਾਤ ਵੀ ਪੈ ਜਾਂਦੀ ਆ, ਦਿਨ ਇਸੇ ਤਰੀਕੇ ਨਾਲ ਲੱਗ ਜਾਂਦਾ। ਲੋਕਾਂ ਨੂੰ ਮਿਲਣਾ ਹੁੰਦਾ, ਲੋਕਾਂ ਨਾਲ ਗੱਲਬਾਤ ਕਰਨੀ ਹੁੰਦੀ ਆ, ਲੋਕਾਂ ਦੀਆਂ ਗੱਲਾਂ ਜਿਹੜੀਆਂ ਨੇ ਸੁਣਨੀਆਂ, ਕੀ ਉਹਨਾਂ ਦੀਆਂ ਡਿਮਾਂਡਾਂ ਨੇ, ਕੀ ਉਹਨਾਂ ਦੀਆਂ ਮੰਗਾਂ ਨੇ, ਕਿ ਕਿਸ ਤਰੀਕੇ ਦੇ ਕੰਮ ਲੋਕ ਚਾਹੁੰਦੇ ਨੇ ਸਾਡੇ ਨਾਲ। ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀ ਪੀ ਜੀ ਮੌਜੂਦ ਨੇ, ਸਾਰਾ ਦਿਨ ਅਸੀਂ ਇਹਨਾਂ ਦੇ ਨਾਲ ਰਹੇ ਹਾਂ। ਜੀ ਪੀ ਸਾਹਿਬ, ਸਾਰਾ ਦਿਨ ਵੱਖੋ ਵੱਖ ਪਿੰਡਾਂ 'ਚ ਤੁਸੀਂ ਵੀ ਗਏ ਹੋ, ਅਸੀਂ ਵੀ ਤੁਹਾਡੇ ਨਾਲ ਗਏ ਹਾਂ, ਕਿਸ ਤਰੀਕੇ ਨਾਲ ਲੋਕ ਹੁੰਗਾਰਾ ਦੇ ਰਹੇ ਨੇ ਔਰ ਕਿਹੋ ਜਿਹੀਆਂ ਮੰਗਾਂ ਨੇ ਲੋਕਾਂ ਦੀਆਂ, ਜਿਹੜੀਆਂ ਜੇਕਰ ਬਾਜੀ ਵੱਜਦੀ ਹੈ ਤਾਂ ਫਿਰ ਪਹਿਲ ਦੇ ਆਧਾਰ 'ਤੇ ਤੁਸੀਂ ਕੀ ਕੰਮ ਜਿਹੜੇ ਕਰਕੇ ਦਿਓਗੇ? ਐਕਚੁਲੀ ਅੱਜ ਆਪਾਂ ਹਰ ਅੱਡ ਪਿੰਡ ਦੀ ਅੱਡ ਅੱਡ ਸਮੱਸਿਆ ਹੁੰਦੀ, ਕਿਸੇ ਦੀ ਟੋਭੇ ਦੀ ਸਮੱਸਿਆ ਹੈ, ਕਿਸੇ ਦੇ ਕੱਚੇ ਮਕਾਨ ਦੀ ਸਮੱਸਿਆ ਹੈ, ਕਿਸੇ ਦੀ ਨਰੇਗਾ ਦੇ, ਜਿਵੇਂ ਨਰੇਗਾ ਦੇ ਕੋਈ
ਜਿਵੇਂ ਪਿੰਡ ਉਹ ਨਰੇਗਾ ਕਿਸ ਪਿੰਡ ਦੀ ਹੁੰਦੀ ਆ ਉਹ ਦੂਜੇ ਪਿੰਡਾਂ 'ਚ ਕੰਮ ਕਰਾਉਂਦੇ, ਉਹਨਾਂ ਦੀ ਅੱਡ ਸਮੱਸਿਆ ਹੈਗੀਆਂ ਨੇ, ਅਤੇ ਕਿਸੇ ਦਾ ਕੋਈ ਮਤਲਬ ਆਟਾ ਜਿਹੜੇ ਆਟਾ ਦਾਲ ਦਿੰਦੇ ਹਾਂ ਆਪਾਂ ਅਤੇ ਉਹ ਕੱਟਿਆ ਵਾ, ਇੱਦਾਂ ਦੀ ਅੱਡ ਅੱਡ ਸਮੱਸਿਆ ਹੁੰਦੀਆਂ ਨੇ। ਜ਼ਿਆਦਾ ਲੋਕ ਜਿਹੜੇ ਮਤਲਬ ਪਿੰਡ ਵਾਸੀ ਨੇ ਉਹ ਇਸ ਗੱਲ ਤੋਂ ਖੁਸ਼ ਵੀ ਹੈ, ਕਿਉਂਕਿ ਸਾਰੇ ਪਿੰਡ ਵਾਲਿਆਂ ਦੀ ਬਿੱਲ ਮਾਫ਼ ਹੈ, ਹੁਣ ਤਾਂ ਬਿੱਲ ਨਹੀਂ ਆਉਂਦਾ ਹੈਗਾ, ਚਾਹੇ ਹਿੰਦੂ ਸੀਗੇ ਸਾਡੇ ਭਰਾ ਜਾਂ ਜ਼ਿਮੀਂਦਾਰ ਭਰਾ ਜਿੰਨੇ ਵੀ ਸਾਡੇ ਹੈਗੇ ਉਹਨਾਂ ਦੇ ਭਰਾ ਨੇ, ਉਹ ਜਿੰਨੇ ਵੀ ਕਾਸਟਾਂ ਨੇ ਪੰਜਾਬ ਦੀਆਂ ਉਹਨਾਂ ਦਾ ਬਿੱਲ ਜ਼ੀਰੋ ਆਉਂਦਾ। ਇੱਕ ਉਹ ਬੱਚੇ ਇੱਕ ਪਿੰਡ ਵਾਲੇ ਇਹ ਵੀ ਗੱਲ ਤੋਂ ਖੁਸ਼ ਹੈ ਵੀ ਸਾਡੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਮਿਲਣੀ ਸ਼ੁਰੂ ਹੋ ਗਈ ਹੈ, ਅਤੇ ਉਹਨਾਂ ਦਾ ਜਿਹੜਾ ਇਲਾਜ ਹੈ ਸਭ ਤੋਂ ਵੱਡੀ ਹੈ ਸਿਹਤ, ਜੇ ਸਿਹਤ ਨਹੀਂ ਠੀਕ ਹੋਊਗੀ ਤਾਂ ਮਾਹੌਲ ਨਹੀਂ ਬਣਦਾ। ਅਤੇ ਅੱਜ ਜਦੋਂ ਮੁਹੱਲਾ ਕਲੀਨਿਕ ਖੁੱਲ੍ਹੇ ਉਹਨਾਂ 'ਚ 80 ਦੇ ਕਰੀਬ ਮੈਡੀਸਨ ਮਿਲਦੀਆਂ, ਅਤੇ ਉਹਦੇ ਨਾਲ ਬਹੁਤ ਵੱਡਾ ਆਪਣਾ ਲੋਕਾਂ ਨੂੰ ਬੜਾ ਵੱਡਾ ਬੈਨੀਫਿਟ ਮਿਲਿਆ, ਜਿਹੜੇ ਪੇਸ਼ੈਂਟ ਹੈ ਉਹਨੂੰ। ਇੱਕ ਜਿਹੜੇ ਆਰਮੀ 'ਚ ਸਾਡੇ ਭਰਾ ਨੇ ਜਾਂ ਕੋਈ ਉਹਦੇ ਪਰਿਵਾਰ ਦਾ ਜਿਵੇਂ ਕੋਈ ਨੌਜਵਾਨ ਜਿਹੜੇ ਜਵਾਨ ਨੇ ਆਰਮੀ 'ਚ ਭਰਤੀ ਉਹ ਸ਼ਹੀਦ ਹੋਏ, ਉਹਨਾਂ ਨੂੰ 1 ਕਰੋੜ ਰੁਪਏ ਦਾ ਚੈੱਕ ਦੇ ਰਹੀ ਹੈ ਜਿਹੜੀ ਗੌਰਮੈਂਟ ਹੈ, ਮਦਦ ਕਰ ਰਹੀ ਹੈ, ਇਹ ਬੜੀ ਵੱਡੀ ਗੱਲ ਹੈ। ਅਤੇ ਮੈਂ ਇਹਦਾ ਚਲੋ ਸਾਡੀ ਸਰਕਾਰ ਨੇ ਕੰਮ ਕੀਤੇ ਨੇ, ਅਤੇ ਲੋਕ ਮੁੱਖ ਮੰਤਰੀ ਸਾਹਿਬ ਦਾ ਵੀ ਲੋਕ ਇਤਬਾਰ ਕਰਦੇ ਆ, ਸਾਡੇ ਮੁੱਖ ਮੰਤਰੀ ਸਾਹਿਬ ਦੇ ਕੇਜਰੀਵਾਲ ਸਾਹਿਬ ਦੇ ਇਤਬਾਰ ਕਰਦੇ ਵੀ ਜਿਹੜੀਆਂ ਗਰੰਟੀਆਂ ਦਿੱਤੀਆਂ ਨੇ ਪੂਰੀਆਂ ਕਰਦੇ ਨੇ। ਹੁਣ 2 ਗਰੰਟੀਆਂ ਸਾਡੀਆਂ ਰਹਿ ਗਈਆਂ, ਉਹ ਵੀ ਆਉਣ ਵਾਲੇ ਟਾਈਮ 'ਚ ਪੂਰੀਆਂ ਕਰਾਂਗੇ। ਬਾਕੀ ਮੈਂ ਸ੍ਰੀ ਫਤਿਹਗੜ੍ਹ ਸਾਹਿਬ ਜਿਹੜੀ ਇਤਿਹਾਸਿਕ ਧਰਤੀ ਹੈ, ਜਿਵੇਂ ਮਾਤਾ ਗੁਜਰ ਕੌਰ ਅਤੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦਾ ਇਤਿਹਾਸ ਹੈ, ਸਾਨੂੰ ਪੂਰੀ ਆਸ ਹੈ ਆਉਣ ਵਾਲੇ ਟਾਈਮ 'ਚ ਮੈਂ ਇੱਥੋਂ ਮੈਂਬਰ ਪਾਰਲੀਮੈਂਟ ਜਿੱਤ ਕੇ ਜਾਵਾਂਗਾ, ਅਤੇ ਆਉਣ ਵਾਲੇ ਟਾਈਮ ਜੋ ਵੀ ਸਾਡੇ ਕੰਮ ਨੇ, ਸ੍ਰੀ ਫਤਿਹਗੜ੍ਹ ਸਾਹਿਬ ਇੱਕ ਹੈਰੀਟੇਜ ਸਿਟੀ ਅਤੇ ਇੱਕ ਸੁੰਦਰ ਆਪਾਂ ਆਪਣਾ ਉਹ ਸ਼ਹਿਰ ਬਣਾਉਣਾ, ਤਾਂ ਕਿ ਉਹ ਜਿਹੜੇ ਗੁਰੂ ਪੀਰ ਪੈਗੰਬਰ ਜਿਨ੍ਹਾਂ ਨੂੰ ਲੋਕ ਯਾਦ ਕਰ ਸਕਣ, ਉਹ ਸ਼ਹਾਦਤ ਵਾਲੀ ਧਰਤੀ ਨੂੰ ਯਾਦ ਕਰ ਸਕਣ। ਇੱਕ ਮੇਰੀ ਕੋਸ਼ਿਸ਼ ਹੋਰ ਹੈ ਵੀ ਇੱਕ ਮੈਡੀਕਲ ਕਾਲਜ ਲੈ ਕੇ ਆਈਏ, ਤਾਂ ਕਿ ਸਾਡੇ ਜਿਹੜੇ ਪੇਸ਼ੈਂਟ ਹੈ ਅੱਜ ਪੀ ਜੀ ਆਈ ਜਾਂਦੇ ਜਾਂ ਕੋਈ ਬੱਤੀ ਹੋਸਪਿਟਲ ਜਾਂਦੇ ਆ, ਇੱਕ ਚੰਗਾ ਹੋਸਪਿਟਲ 'ਤੇ ਬਣੇ ਸੈਂਟਰ ਪਲੇਸ 'ਤੇ, ਤਾਂ ਉਹਦੇ ਨਾਲ ਵੀ ਸਾਨੂੰ ਬੜਾ ਵੱਡਾ ਲਾਭ ਮਿਲ ਸਕਦਾ। ਜੀ ਪੀ ਸਾਹਿਬ, 1-2 ਪਿੰਡਾਂ ਦੇ ਵਿੱਚ ਆਪਾਂ ਗਏ ਜਿੱਥੇ ਲੋਕਾਂ ਨੇ ਤੁਹਾਡੇ ਤੋਂ ਮੰਗ ਰੱਖੀ ਹੈ ਕਿ ਸਾਡੇ ਪਿੰਡ ਦੀ ਸੜਕ ਸਿੱਧੀ ਕਰਾ ਦਿਓ, ਉਹਦੇ ਬਾਰੇ ਕੀ ਖਿਆਲ ਆ? ਨਹੀਂ, ਬਿਲਕੁਲ ਠੀਕ ਹੈ ਜੀ, ਜਿਹੜੀਆਂ ਸੜਕਾਂ ਵੀ ਰੋਡਸ ਨਾਲ ਵੀ ਸਾਰਾ ਲਿੰਕ ਹੀ ਹੈ, ਜਦੋਂ ਕਿਤੇ ਪਿੰਡ ਜਾਂਦੇ ਜਾਂ ਰੋਡ ਟੁੱਟੀ ਹੁੰਦੀ ਹੈ ਉਹ ਵਿਚਾਰੇ ਮਹਿਸੂਸ ਕਰਦੇ ਹੈ। ਵੈਸੇ ਤਾਂ ਮੈਂ ਬਹੁਤ ਸੜਕਾਂ ਬਣਾਈਆਂ ਜਦੋਂ ਮੈਂ MLA ਹੁੰਦਾ ਸੀ, ਪਰ ਹੁਣ ਵੀ ਪੂਰੀ ਕੋਸ਼ਿਸ਼ ਕਰਾਂਗੇ, ਸਾਡੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਇੱਕ ਜਿਹੜਾ ਫੰਡ ਹੈ ਉਹ ਰੋਡਸ ਲਈ ਸਾਨੂੰ ਦਿੱਤਾ ਜਾਵੇ, ਲਿੰਕ ਰੋਡ ਲਈ ਦਿੱਤੇ ਜਾਵੇ, ਕਈ ਰੋਡ ਚੌੜੀਆਂ ਹੋਣੀਆਂ ਨੇ ਉਹ ਵੀ ਚੌੜੀਆਂ ਕਰਨੀਆਂ ਨੇ, ਅਤੇ ਬਹੁਤ ਵੱਡੇ ਵਾਲੇ ਕੰਮ ਪਏ ਨੇ ਜਿਹੜੇ ਕਰਨੇ ਆ ਗੌਰਮੈਂਟ ਨੇ। ਜੀ ਪੀ ਸਾਹਿਬ, ਜਦੋਂ ਇਹੋ ਜਿਹੇ ਦਿਨਾਂ ਦੇ ਵਿੱਚ ਜਿੱਦਾਂ ਚੋਣ ਪ੍ਰਚਾਰ ਕਰਨਾ ਪੈਂਦਾ ਔਰ ਗਰਮੀ ਜਿਹੜੀ ਆ ਖਾਸ ਕਰਕੇ ਇਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਆ, 5-6 ਦਿਨ ਤਾਂ ਬਹੁਤ ਜ਼ਿਆਦਾ ਗਰਮੀ ਆ, ਤਾਂ ਕਿਹੋ ਜਿਹਾ ਲੱਗਦਾ, ਕਿੱਦਾਂ ਦਾ ਮਹਿਸੂਸ ਹੁੰਦਾ? ਕਿਉਂਕਿ ਵੱਖੋ ਵੱਖ ਥਾਵਾਂ 'ਚ ਤਾਂ ਜਾਣਾ ਪੈਂਦਾ ਔਰ ਦੂਸਰੇ ਪਾਸੇ ਲੋਕਾਂ ਨੂੰ ਜਦੋਂ ਜਾ ਕੇ ਮਿਲਦੇ ਹੋ ਉੱਥੇ ਹੋਰ ਗਰਮੀ ਹੁੰਦੀ ਆ, ਉਦੋਂ ਮਨ ਦੇ ਵਿੱਚ ਕਿੱਦਾਂ ਦੇ ਖਿਆਲ ਆਉਂਦੇ ਨੇ ਵੀ ਇਹ ਉਹੀ ਲੋਕ ਨੇ ਜਿਨ੍ਹਾਂ ਕਰਕੇ ਜਿਹਨਾਂ ਤਾਜ ਪਾ ਕੇ ਤੁਹਾਨੂੰ ਉੱਥੇ ਤੱਕ ਭੇਜਣਾ, ਅਤੇ ਉਹਨਾਂ ਬਾਰੇ? ਐਕਚੁਲੀ ਗੱਲ ਇਹ ਹੈ ਵੀ ਗਰਮੀ ਦਾ ਮੌਸਮ ਹੈ, 46-46 ਡਿਗਰੀ 47-47 ਡਿਗਰੀ ਅਸੀਂ ਕੰਪੇਨ ਕਰਦੇ ਹਾਂ, ਗਰਮੀ ਬਹੁਤ ਹੈ, ਪਰ ਜਿੱਥੇ ਲੋਕਾਂ ਨੂੰ ਟਾਈਮ ਦਿੱਤਾ ਹੁੰਦਾ ਉੱਥੇ ਜਾਣਾ ਵੀ ਹੈ, ਪਿੰਡ 'ਚ ਪਿੰਡ ਜਾਣਾ, ਕਿਉਂ ਵੋਟ ਮੰਗਣੀ ਹੈ, ਜਦੋਂ ਵੋਟ ਮੰਗਣੀ ਹੈ ਤਾਂ ਹਰ ਪਿੰਡ ਜਾਣਾ ਪਊਗਾ, ਹਰ ਮੁਹੱਲੇ ਜਾਣਾ ਪਊਗਾ, ਘੱਟੋ ਘੱਟ ਜਿਵੇਂ 1 ਘੰਟਾ ਵੀ ਬ੍ਰੇਕ ਨਹੀਂ ਮਿਲਦੀ ਹੈਗੀ, ਮਤਲਬ 8 ਵਜੇ ਸ਼ੁਰੂ ਹੋ ਜਾਂਦਾ, 8, 9, 10, 11, 12, 1, 2, 3, 4, 5, ਮਤਲਬ ਸ਼ਾਮ ਨੂੰ ਕਿਤੇ ਸਾਹ ਆਉਂਦਾ, ਜਦੋਂ 6 ਵਜਦੇ ਠੰਡਾ ਜਿਹਾ ਮੌਸਮ ਹੋ ਜਾਂਦਾ, ਅਤੇ ਉਹਦੇ ਨਾਲ ਫਿਰ ਚਲੋ ਵਧੀਆ ਆਰਾਮ ਵੀ ਮਿਲਦਾ,
ਅਤੇ ਮੇਨ ਆ ਵੀ ਵਾਧੇ ਵੱਧ ਲੋਕਾਂ ਨੂੰ ਮਿਲਿਆ ਜਾਵੇ। ਜਦੋਂ ਸਾਰਾ ਦਿਨ ਲੋਕਾਂ ਨੂੰ ਮਿਲਦੇ ਹੋ, ਕੰਮ ਕਾਰ ਬਾਰੇ ਗੱਲਬਾਤ ਹੁੰਦੀ ਆ, ਲੋਕ ਪਿਆਰ ਵੀ ਦਿੰਦੇ ਨੇ, ਤਾਂ ਰਾਤ ਨੂੰ ਆ ਕੇ ਸਕੂਨ ਦੀ ਨੀਂਦ ਆਉਂਦੀ ਕਿ ਨਹੀਂ? ਐਕਚੁਅਲੀ ਗੱਲ ਇਹ ਹੈ, ਹਲੇ ਇਲੈਕਸ਼ਨ ਦੇ ਵਿੱਚ ਸੌ ਟੈਨਸ਼ਨਾਂ ਆਉਂਦੀਆਂ ਨੇ, ਬਹੁਤ ਵੱਡੀਆਂ ਟੈਨਸ਼ਨਾਂ ਆਉਂਦੀਆਂ ਨੇ, ਅਤੇ ਨੀਂਦ ਤਾਂ ਹੁਣ ਘੱਟ ਆਉਂਦੀ ਹੈ, ਅਤੇ ਬਸ ਪਰਮਾਤਮਾ ਸੁੱਖ ਰੱਖੇ। 1 ਜੂਨ ਨੂੰ ਵੋਟਾਂ ਪੈਣੀਆਂ ਅਤੇ 4 ਜੂਨ ਨੂੰ ਜਦੋਂ ਰਿਜ਼ਲਟ ਆਊਗਾ, ਅਤੇ ਬੜਾ ਕੰਮ ਦਾ ਬੋਝ ਵੀ ਉਦੋਂ ਹੋਊਗਾ, ਕਿਉਂਕਿ ਜਿਹੜੇ ਵਾਅਦੇ ਆਪਾਂ ਕੀਤੇ ਲੋਕਾਂ ਨਾਲ ਉਹ ਪੂਰੇ ਵੀ ਕਰਨੇ ਆ। ਇਹ ਚੀਜ਼ ਆ, ਜਿਵੇਂ ਸਾਰਾ ਦਿਨ ਖਾਣ ਪੀਣ ਦੀ ਗੱਲ ਹੁੰਦੀ ਆ, ਕਿੰਨਾ ਕੁ ਮੌਕਾ ਮਿਲਦਾ ਖਾਣ ਪੀਣ ਦਾ, ਜਾਂ ਤੁਹਾਡਾ ਇਹਨਾਂ ਦਿਨਾਂ 'ਚ ਖਾਣ ਪੀਣ ਕਿਹੋ ਜਿਹਾ ਰਹਿੰਦਾ? ਖਾਣ ਪੀਣ ਦਾ ਮੌਸਮ, ਮੈਂ ਸਵੇਰ ਦਾ ਫਰੂਟ ਲੈ ਕੇ ਆਉਂਦਾ, ਅਤੇ ਰਸਤੇ 'ਚ ਕੋਈ ਕਦੇ ਰੋਟੀ ਖਾ ਲਈ, ਕਦੇ ਚਾਹ ਪੀ ਲਈ, ਇੱਦਾਂ ਦਾ ਹੁੰਦਾ ਰਹਿੰਦਾ। ਕੋ ਜ਼ਿਆਦਾ ਠੰਡਾ ਹੀ ਚੱਲਦਾ, ਠੰਡਾ ਚੱਲਦਾ, ਹਾਂ, ਕੋਕ ਫੈਂਟਾ ਚੱਲਦਾ ਉਹ ਪੀ ਬੋਲੀ ਦਾ, ਅਤੇ ਪਾਣੀ ਵੀ ਜ਼ਿਆਦਾ ਪੀਦਾ ਉਹਦੇ ਨਾਲ। ਲੋਕਾਂ ਦੇ ਇਸ ਪਿਆਰ ਦਾ ਪੂਰਾ ਮੁੱਲ ਮੋੜੋਂਗੇ 101%? ਮੈਂ ਤਾਂ, ਮੇਰੀ ਆਦਤ ਹੀ ਹੈ ਵੀ ਜੇ ਕਿਸੇ ਨੇ ਮੇਰੀ ਮਦਦ ਕੀਤੀ ਹੈ ਤਾਂ ਮੈਂ ਵੀ ਉਹਦੀ ਮਦਦ ਕਰਾਂ, ਅਤੇ ਆਪਣੇ ਲੋਕਾਂ ਨੇ ਮੇਰੇ 'ਤੇ ਵਿਸ਼ਵਾਸ ਜਿਤਾਇਆ ਤਾਂ ਵਿਸ਼ਵਾਸ ਰਿਜ਼ਲਟ ਆਉਣਾ। ਜਦੋਂ ਲੋਕ ਵਿਸ਼ਵਾਸ ਜਿਤਾਉਣਗੇ ਤਾਂ ਉਹਨਾਂ ਦੀ ਗੱਲਾਂ 'ਤੇ ਪੂਰਾ ਖਰਾ ਉਤਰੂੰਗਾ। ਤਾਂ ਬਿਲਕੁਲ ਜੀ, ਫਤਿਹਗੜ੍ਹ ਸਾਹਿਬ ਤੋਂ ਸਾਡੇ ਨਾਲ ਗੁਰਪ੍ਰੀਤ ਸਿੰਘ ਜੀਪੀ ਸਨ। ਪੂਰਾ ਦਿਨ ਅਸੀਂ ਇਹਨਾਂ ਦੇ ਨਾਲ ਰਹੇ ਹਾਂ, ਪਿੰਡਾਂ ਥਾਵਾਂ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਵਿਚਰਦੇ ਰਹੇ ਨੇ, ਕਿਸ ਤਰੀਕੇ ਦੀਆਂ ਲੋਕਾਂ ਦੀਆਂ ਮੰਗਾਂ ਨੇ, ਇਕੱਲੀ ਇਕੱਲੀ ਮੰਗ ਉਹਨਾਂ ਦੀ ਸੁਣਦੇ ਨੇ। ਔਰ ਇਹਨਾਂ ਦਾ ਇਹ ਵੀ ਕਹਿਣਾ ਸੀ ਕਿ ਇਹ ਸਿਰਫ ਹੁਣ ਨਹੀਂ ਆ ਕਿ ਅਸੀਂ ਵੋਟਾਂ ਲੈਣ ਦੇ ਲਈ ਆਏ ਹਾਂ ਅਤੇ ਅਸੀਂ ਲੋਕਾਂ ਨਾਲ ਜਾ ਕੇ ਵਿਚਰ ਰਹੇ, ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਅਸੀਂ ਵੋਟਾਂ ਤੋਂ ਬਾਅਦ ਵੀ ਇਸੇ ਤਰੀਕੇ ਲੋਕਾਂ ਨਾਲ ਮਿਲਾਂਗੇ, ਲੋਕਾਂ ਦੀਆਂ ਮੰਗਾਂ ਸੁਣਾਂਗੇ, ਉਹਨਾਂ ਦੇ ਉੱਪਰ ਕੰਮ ਜਿਹੜਾ ਉਹ ਅਸੀਂ ਕਰਾਂਗੇ। ਅੱਜ ਤੁਹਾਨੂੰ ਗੁਰਪ੍ਰੀਤ ਸਿੰਘ ਜੀਪੀ ਹੁਣਾਂ ਦੇ ਨਾਲ ਪੂਰਾ ਦਿਨ ਰਹਿ ਕੇ ਇਕੱਲੀ ਇਕੱਲੀ ਚੀਜ਼ ਤੁਹਾਨੂੰ ਦਿਖਾਈ ਹੈ, ਕਿਸ ਤਰੀਕੇ ਨਾਲ ਇੱਕ ਉਮੀਦਵਾਰ ਇਲੈਕਸ਼ਨਾਂ ਦੇ ਦਿਨਾਂ 'ਚ ਕੰਮ ਕਰਦਾ, ਉਸ ਤੋਂ ਬਾਅਦ ਕਿਵੇਂ ਕੰਮ ਕਰਦਾ ਉਹ ਆਪਾਂ ਇਲੈਕਸ਼ਨ ਤੋਂ ਬਾਅਦ ਵੀ ਇਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਜ਼ਰੂਰ ਸੁਆਭ ਬਣਾਵਾਂਗੇ। ਜੇਕਰ ਆਮ ਆਦਮੀ ਪਾਰਟੀ ਇਹਨਾਂ ਚੋਣਾਂ ਦੇ ਵਿੱਚ ਬਾਜ਼ੀ ਮਾਰਦੀ ਹੈ ਤਾਂ ਇਹਨਾਂ ਨਾਲ ਗੱਲਬਾਤਾਂ ਜਿਹੜੀਆਂ ਨੇ ਉਹ ਜ਼ਰੂਰ ਕੀਤੀਆਂ ਜਾਣਗੀਆਂ। ਕਿਸ ਤਰੀਕੇ ਦੇ ਕੰਮ ਕਿਵੇਂ ਕਰਨਗੇ, ਉਹ ਸਾਰੀਆਂ ਚੀਜ਼ਾਂ ਦੇ ਉੱਪਰ ਕੀ ਇਹਨਾਂ ਦਾ ਇੱਕ ਰੁਝਾਨ ਰਹੇਗਾ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ। ਫਿਲਹਾਲ ਦੇ ਲਈ ਮੈਨੂੰ ਪਰਮ ਸਿੰਘ ਨੂੰ, ਕੈਮਰਾਮੈਨ ਅਸ਼ੋਕ ਸਿੱਧੂ ਦੇ ਨਾਲ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ ਜੀ।